ਅੱਜ ਕਹਾਣੀ ਸਾਂਝੀ ਕਰਾਂਗੇ ਪੰਚਕੁਲਾ ਸੈਕਟਰ 31 ਦੇ ਰਹਿਣ ਵਾਲੇ yogesh dilhori ਜਿਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ IAS ਅਫਸਰ ਬਣਨ ਦਾ हाल ਦੇ ਵਿੱਚ यूपीएससी 2023 ਦਾ ਰਿਜ਼ਲਟ ਡਿਕਲੇਅਰ ਹੋਇਆ ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਹੁਨਾਰ ਧੀਆ ਤੇ ਪੁੱਤਰਾ ਨੇ ਮੱਲਾ ਮਾਰੀਆਂ ਨੇ ਆਈਐਸ ਆਈਪੀਐਸ ਅਫਸਰ ਬਣਨ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ ਤੇ ਕਹਾਣੀ ਅੱਜ ਐਸੀ ਦੇ ਤਹਿਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਯੋਗੇਸ਼ ਦਿਲ ਹੋਰ ਕਿਵੇਂ ਪੰਚਕੁਲਾ ਦੇ ਸੈਕਟਰ 31 ਦੇ ਵਿੱਚ ਰਹਿੰਦੇ ਨੇ ਤੇ ਕੜੀ ਮਿਹਨਤ ਦੇ ਕਰਕੇ ਅੱਜ ਉਹ ਆਈਐਸ ਅਫਸਰ ਬਣੀ ਨੇ ਉਹਨਾਂ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਹੈ ਤੇ ਨਾਲ ਉਹਨਾਂ ਨੇ ਆਪਣੇ ਜਿਹੜੀ ਤਿਆਰੀ ਦੇ ਸਮੇਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਟਰੈਟੇਜੀ ਵਰਤੀ ਹੈ ਕਿਵੇਂ ਕੋਚਿੰਗ ਲਈ ਹੈ ਜਾਂ ਨਹੀਂ ਲਈ ਹੈ ਕਿਵੇਂ ਉਹਨਾਂ ਨੇ ਇਹ ਸੁਪਨਾ ਪੂਰਾ ਕੀਤਾ ਇਸ ਬਾਬਤ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਚਕੁਲਾ ਸੈਕਟਰ 31 ਦੇ ਰਹਿਣ ਵਾਲੇ ਯੋਗੇਸ਼ ਦਿਲਹੋਰ ਜਿਨ੍ਹਾਂ ਦਾ ਸੁਪਨਾ ਜਿਹੜਾ ਹੈ ਸ਼ੁਰੂਆਤ ਤੋਂ ਹੀ ਆਈਐਸ ਅਫਸਰ ਬਣਨ ਦਾ ਸੀ ਤੇ ਉਹਨਾਂ ਨੇ ਜਦੋਂ ਜਾਣਕਾਰੀ ਸਾਂਝੀ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦਾ 6ਵਾਂ ਅਟੈਂਪਟ ਸੀ ਪੰਜ ਅਟੈਂਪਟ ਉਹਨਾਂ ਨੇ ਦਿੱਤੇ ਨੇ ਇਸ ਸੁਪਨੇ ਨੂੰ ਪੂਰੇ ਕਰਨ ਦੇ ਲਈ ਤਾਂ ਯੂਪੀਐਸਸੀ ਜਿਸ ਨੂੰ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਮੰਨਿਆ ਜਾਂਦਾ ਹੈ ਉਸ ਨੂੰ ਪਾਸ ਕਰਨਾ ਇੰਨਾ ਵੀ ਸੌਖਾ ਨਹੀਂ ਹੈ ਉਮੀਦਵਾਰ ਸਾਲੋ-ਸਾਲ ਦੀ ਮਿਹਨਤ ਕਰਦੇ ਨੇ ਬਹੁਤ ਘੱਟ ਉਮੀਦਵਾਰ ਇਸ ਟੈਸਟ ਨੂੰ ਪਾਸ ਕਰਨ ਦੇ ਲਈ ਸਫਲ ਹੁੰਦੇ ਨੇ ਤੇ ਕੁਝ ਲੋਕ ਲੱਖਾਂ ਰੁਪਏ ਦੀ ਕੋਚਿੰਗ ਵੀ ਇਸ ਲਈ ਜਿਹੜੀ ਹੈ ਲੈਂਦੇ ਨੇ ਪਰ ਫਿਰ ਵੀ ਸਫਲ ਨਹੀਂ ਹੁੰਦੇ ਯੋਗੇਸ਼ ਆਪਣੇ 6ਵੇਂ ਅਟੈਂਪਟ ਦੇ ਵਿੱਚ ਇਸ ਜਿਹੜੀ ਔਖੀ ਪ੍ਰੀਖਿਆ ਨੂੰ ਸਫਲ ਕਰ ਪਾਇਆ ਤੁਹਾਨੂੰ ਦੱਸ ਦਈਏ ਕਿ ਯੋਗੇਸ਼ ਜਦੋਂ 2021 ਦੇ ਵਿੱਚ ਉਹਨਾਂ ਨੇ UPSC ਦੀ ਤਿਆਰੀ ਕੀਤੀ ਸੀ ਤਾਂ ਉਸ ਵੇਲੇ ਉਹਨਾਂ ਨੇ UPSC ਦਾ ਟੈਸਟ ਕ੍ਰੈਕ ਕੀਤਾ ਸੀ ਤੇ 633ਵਾਂ ਰੈਂਕ ਹਾਸਲ ਕੀਤਾ ਸੀ ਉਸ ਵੇਲੇ ਇੰਡੀਅਨ ਡਿਫੈਂਸ ਸਟੇਟ ਸਰਵਿਸ ਜੁਆਇਨ ਕੀਤੀ ਸੀ ਪਰ ਉਚਾਨ ਦੇ ਸੀਆਈਐਸ ਅਫਸਰ ਬਣਨਾ ਇਸ ਕਰਕੇ ਉਹਨਾਂ ਨੇ ਇਸ ਦੀ ਤਿਆਰੀ ਅੱਗੇ ਵੀ ਜਾਰੀ ਰੱਖੀ ਤੇ ਆਪਣਾ 6ਵਾਂ ਅਟੈਂਪਟ ਦਿੱਤਾ ਤੇ ਆਈਐਸ ਅਫਸਰ ਬਣੇ ਨੇ 올 ਇੰਡੀਆ ਰੈਂਕ ਦੀ ਗੱਲ ਕਰੀਏ ਤਾਂ ਉਹਨਾਂ ਦਾ 55 ਰੈਂਕ ਆਇਆ ਹੈ ਮਾਪੇ ਵੀ ਕਾਫੀ ਖੁਸ਼ ਨੇ ਪਤਨੀ ਵੀ ਉਹਨਾਂ ਦੀ ਕਾਫੀ ਖੁਸ਼ ਹੈ ਤਾਂ ਉਹਨਾਂ ਦਾ ਮੰਨਣਾ ਹੈ ਕਿ ਇੱਕ ਚੰਗਾ ਆਈਐਸ ਅਫਸਰ 10 ਸਾਲਾਂ ਬਾਅਦ ਬਣਦਾ ਹੈ ਅਸਲੀਅਤ ਜਿਹੜਾ ਹੈ ਉਹਦੇ ਵਿੱਚ ਜਾਣਾ ਪੈਂਦਾ ਗਰਾਊਂਡ ਦੇ ਉੱਤੇ ਕੰਮ ਕਰਨਾ ਪੈਂਦਾ ਹੈ ਜਦੋਂ ਨਾਲ ਤੋਂ ਵਿਜ਼ਨ ਦੇ ਬਾਰੇ ਪੁੱਛਿਆ ਜਾਂਦਾ ਕਿ ਉਹਨਾਂ ਦਾ ਵਿਜ਼ਨ ਕੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਮੇਰਾ ਵਿਜ਼ਨ ਕੁਝ ਮਰਜ਼ੀ ਹੋਵੇ ਅਸਲiyat ਗਰਾਊਂਡ ਦੇ ਵਿੱਚ ਜਾ ਕੇ ਹੀ ਸਮਝ ਆਂਦੀ ਹੈ ਲੋਕਾਂ ਨੂੰ ਕਿਸ ਚੀਜ਼ ਦੀ ਸਭ ਤੋਂ ਵੱਧ ਜ਼ਰੂਰਤ ਹੈ ਇਸਦੇ ਲਈ ਵਿਜ਼ਨ ਮੇਰਾ ਜੋ ਹੈ ਫੋਕਸ ਹੋਵੇਗਾ ਕੰਮ ਸਿੱਖਣ ਦੇ ਉੱਤੇ ਕਿ ਵੱਧ ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇ ਇਹ ਕਹਿਣਾ ਹੈ ਯੂਪੀਐਸਸੀ ਦੇ ਜਿਹੜੇ ਆਈਐਸ ਅਫਸਰ ਬਣੇ ਨੇ 2023 ਦੇ ਵਿੱਚ ਟੈਸਟ ਦਿੱਤਾ ਸੀ ਹੁਣ ਕਲੀਅਰ ਹੋਇਆ ਰਿਜ਼ਲਟ ਡਿਕਲੇਅਰ ਹੋਇਆ ਆਲ ਇੰਡੀਆ ਦੇ ਵਿੱਚ 55 ਰੈਂਕ ਉਹਨਾਂ ਨੇ ਹਾਸਲ ਕੀਤਾ ਹੈ ਪੰਚਕੋਲਾ ਦੇ ਰਹਿਣ ਵਾਲੇ ਸੈਕਟਰ 31 ਦੇ ਨੇ 31 ਸਾਲ ਦੀ ਉਹਨਾਂ ਦੀ ਉਮਰ ਹੈ yogesh dilhor ਹੈ ਨਾਮ 6ਵਾਂ ਅਟੈਂਪਟ ਆਈਐਸ ਦੇ ਵਿੱਚ ਦਿੱਤਾ ਸੀ ਉਹਨਾਂ ਨੇ ਬਣਨ ਦੇ ਲਈ ਸੁਪਨਾ ਯੂਪੀਐਸਸੀ ਦਾ ਟੈਸਟ ਦੇ ਵਿੱਚ ਪਹਿਲਾ ਉਹਨਾਂ ਨੇ ਦਿੱਤੇ ਸੀ ਤਾਂ 2021 ਦੇ ਵਿੱਚ 633ਵਾਂ ਰੈਂਕ ਉਹਨਾਂ ਨੇ ਆਲ ਇੰਡੀਆ ਦੇ ਵਿੱਚ ਹਾਸਲ ਕੀਤਾ ਸੀ ਪੋਸਟਿੰਗ ਹਿਮਾਚਲ ਦੇ ਸੋਲਨ ਦੇ ਵਿੱਚ ਤੇ ਸ਼ਿਮਲਾ ਦੇ ਵਿੱਚ ਹੁੰਦੀ ਹੈ ਤੇ ਇਸ ਮੌਕੇ ਯੋਗੇਸ਼ ਨੇ ਆਪਣੀਆਂ ਤਿਆਰੀਆਂ ਬਾਰੇ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ ਤਿਆਰੀ ਕੀਤੀ ਸੀ ਯੋਗੇਸ਼ ਦੇ ਨਾਲ ਜਦੋਂ ਦੈਨਿਕ ਭਾਸਕਰ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਭਾਸਕਰ ਨੂੰ ਦੱਸਿਆ ਹੈ ਕਿ ਪਹਿਲਾ ਉਹ ਹਰ ਸਬਜੈਕਟ ਦੇ ਵਿੱਚ ਡੀਪ ਸਟੱਡੀ ਕਰਦੇ ਸੀ ਪਰ ਬਾਅਦ ਵਿੱਚ ਉਹਨਾਂ ਨੇ ਜਿਹੜੀ ਹੈ ਇਹ ਫੋਕਸ ਕੀਤਾ ਕਿ ਜਦੋਂ ਤੁਸੀਂ ਯੂਪੀਐਸਸੀ ਦੀ ਤਿਆਰੀ ਕਰਦੇ ਹੋ ਆਈਐਸ ਅਫਸਰ ਬਣਨ ਦਾ ਸੁਪਨਾ ਹੈ ਤਾਂ ਤੁਹਾਨੂੰ ਡੈਪਥ ਦੇ ਵਿੱਚ ਨਹੀਂ ਤਾਂ ਤੁਹਾਨੂੰ ਹਰ ਇੱਕ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਇਸ ਕਰਕੇ ਉਹਨਾਂ ਨੇ ਡੈਪਥ ਨੂੰ ਛੱਡ ਕੇ ਵਿੱਥ ਪਰ ਫੋਕਸ ਕਰਨਾ ਕੀ ਸ਼ੁਰੂ ਕੀਤਾ ਯੂਪੀਐਸਸੀ ਨੌਲੇਜ ਦੇ ਨਾਲ ਨਾਲ ਸਟਰੈਟਜੀ ਦਾ ਵੀ ਇੱਕ ਟੈਸਟ ਹੈ ਤੁਸੀਂ ਰੋਜ਼ਾਨਾ ਆਪਣਾ ਕਿਵੇਂ ਸਟਰੈਟਜੀ ਬਣਾਉਂਦੇ ਹੋ ਇਸ ਬਾਰੇ ਵੀ ਤੁਹਾਡਾ ਹਮੇਸ਼ਾ ਟੈਸਟ ਹੁੰਦਾ ਹੈ ਮੈਂ ਐਨਸੀਆਰਟੀਸ ਦੇ ਸਿਲੇਬਸ ਨੂੰ ਚੰਗੀ ਤਰੀਕੇ ਨਾਲ ਪੜ੍ਹਿਆ ਹੈ ਉਸ ਦੀ ਬੇਸਿਕ ਕਨਸੈਪਟ ਨੂੰ ਸਮਝਿਆ ਹੈ ਖੁਦ ਨੋਟਸ ਬਣਾਏ ਹਨ ਕੱਲੇ-ਕੱਲੇ ਚੀਜ਼ ਦੇ ਉੱਤੇ ਬਾਰੀਕੀ ਦੇ ਨਾਲ ਸ਼ੁਰੂ ਤੋਂ ਤਿਆਰੀ ਕੀਤੀ ਦਿੱਤਾ ਜਾ ਕੇ ਇਸ ਟੈਸਟ ਨੂੰ ਮੈਂ ਅੱਜ ਕ੍ਰੈਕ ਕੀਤਾ ਹੈ ਜਦੋਂ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਤੱਕ ਸਿਰਫ 1 ਸਾਲ ਦੀ ਮੈਂ ਕੋਚਿੰਗ ਲਈ ਹਾਂ ਤਦੋਂ ਮੈਨੂੰ ਸਮਝ ਆ ਗਿਆ ਕਿ ਇਸ ਦੇ ਲਈ ਕੋਚਿੰਗ ਨਹੀਂ ਖੁਦ ਸੈਲਫ ਸਟੱਡੀ ਕਰਨਾ ਬੇਹੱਦ ਜ਼ਿਆਦਾ ਜ਼ਰੂਰੀ ਹੈ ਸ਼ੁਰੂਆਤ ਦੇ ਵਿੱਚ ਮੈਂ ਰਾਤ ਰਾਤ ਜਾ ਕੇ ਪੜਿਆ ਹੈ ਸ਼ੁਰੂਆਤ ਦੇ ਵਿੱਚ ਇਹ ਹੁੰਦਾ ਸੀ ਹੋਣਾ ਜਾਂ ਨਹੀਂ ਹੋਣਾ ਪਰ ਨਿਸ਼ਚਿਤ ਇਹ ਪਤਾ ਸੀ ਕਿ ਗੋਲ ਮੇਰਾ ਆਈਐਸ ਅਫਸਰ ਬਣਨਾ ਹੈ ਇਸ ਕਰਕੇ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਮੇਰਾ ਹਮੇਸ਼ਾ ਫੋਕਸ ਆਈਐਸ ਅਫਸਰ ਬਣਨ ਦਾ ਸੀ ਪਰ ਮੇਰੇ ਨਾਲ ਹਮੇਸ਼ਾ ਉਲਟਾ ਹੋਇਆ ਜਦੋਂ ਵੀ ਮੈਂ ਅਟੈਂਪਟ ਦਿੱਤੇ ਜਿਸ ਚੀਜ਼ ਦੇ ਵਿੱਚ ਸਭ ਤੋਂ ਵੱਧ ਮਿਹਨਤ ਕੀਤੀ ਹੈ ਉਹ ਪੇਪਰ ਮੈਂ ਕਦੀ ਪਾਸ ਨਹੀਂ ਕਰ ਪਾਇਆ ਜਦੋਂ ਮੈਂ ਬੜੇ ਹੀ ਆਰਾਮ ਦੇ ਨਾਲ ਪੇਪਰ ਦੇ ਉੱਤੇ ਚੰਗੀ ਤਰੀਕੇ ਨਾਲ ਫੋਕਸ ਕੀਤਾ ਹੈ ਰੈਂਕ ਬਹੁਤ ਅੱਛੀ ਆਈ ਹੈ ਇਸ ਵਾਰ ਤਾਂ ਪ੍ਰੀਲੀਮਸ ਐਗਜ਼ਾਮ ਦੇ ਸਵੇਰੇ ਜਦੋਂ ਮੈਂ ਗਿਆ ਸੀ ਤਾਂ ਮੈਨੂੰ ਇਹ ਸੀ ਕਿ ਸ਼ਾਇਦ ਨਾ ਹੋਵੇ ਤੇ ਮੀਨਸ ਦੇ ਵਿੱਚ ਇੱਕ ਮਹੀਨੇ ਪਹਿਲਾਂ ਮੈਂ ਕਾਫੀ ਬਿਮਾਰ ਹੋ ਗਿਆ ਸੀ ਇਸ ਕਰਕੇ ਜਦੋਂ ਰਿਜ਼ਲਟ ਕੋਸ਼ਿਤ ਹੋਏ ਤਾਂ ਮੈਨੂੰ ਉਮੀਦ ਸੀ ਕਿ ਇਸ ਵਾਰ ਕਲੀਅਰ ਨਹੀਂ ਹੋਵੇਗਾ ਸ਼ਾਇਦ ਮੈਂ ਯੂਪੀਐਸਸੀ ਦੇ ਵਿੱਚ ਆਪਣਾ ਉਹ ਸੁਪਨਾ ਆਈਐਸ ਬਣਨ ਦਾ ਨਹੀਂ ਕਰ ਪਾਵਾਂਗਾ ਪਰ ਜਦੋਂ ਰੈਂਕ ਦੇਖੀ ਤਾਂ ਮੈਨੂੰ ਲੱਗਿਆ ਮੇਰਾ 555 ਰੈਂਕ ਆਇਆ ਹੈ ਪਰ ਜਦੋਂ ਮੇਰੀ ਪਤਨੀ ਨੇ ਤੇ ਮੈਂ ਧਿਆਨ ਨਾਲ ਦੇਖਿਆ ਤਾਂ ਅਸਲ ਦੇ ਵਿੱਚ 555 ਨਹੀਂ ਸਿਰਫ 55올 ਯਰ 올 ਇੰਡੀਆ ਰੈਂਕ ਸੀ ਤਾਂ ਉਸ ਵੇਲੇ ਖੁਸ਼ੀ ਦੇ ਨਾਲ ਮੇਰੀ ਅੱਖਾਂ 'ਚੋਂ ਹੰਝੂ ਵੀ ਆ ਰਹੇ ਸਨ ਪ੍ਰਾਇਮਰੀ ਐਜੂਕੇਸ਼ਨ ਔਰ ਸੈਨੀਟੇਸ਼ਨ ਦੇ ਉੱਤੇ ਕੰਮ ਕਰਨ ਦਾ ਮੇਰਾ ਸਭ ਤੋਂ ਵੱਡਾ ਫੋਕਸ ਰਹੇਗਾ ਤੇ ਮੇਰਾ ਮਨਪਸੰਦ ਕੰਮ ਵੀ ਹੋਵੇਗਾ ਲੇਕਿਨ ਹਰ ਖੇਤਰ ਨੂੰ ਜਿਹੜਾ ਹੈ ਉਹ ਐਕਸਪਲੋਰ ਕਰਨਾ ਚਾਹੀਦਾ ਸਿੱਖਣ ਦਾ ਮੌਕਾ ਮਿਲੇਗਾ ਤੇ ਮੈਡਲ ਸਕੂਲ ਦੇ ਅਤੇ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ NCP ਦੇ ਅੰਤਰਗਤ ਜਿਹੜੇ ਆਂਦੇ ਫਾਊਂਡੇਸ਼ਨਸ ਦੀ ਲਿਸਟ ਐਂਡ ਨਿਊਮਰਸ ਯਾਨੀ ਕਿ FLN ਦੇ ਤਹਿਤ ਇੰਗਲਿਸ਼ ਤੇ ਹਿੰਦੀ ਐਕਸ਼ਨ ਦੇ ਉੱਤੇ ਕੰਮ ਕਰਨਾ ਹੋਵੇਗਾ ਤੇ ਨਾਲ ਹੀ ਮੈਂ ਚਾਹੁੰਦਾ ਹੈ ਕਿ ਬੇਸਿਕ ਨੋਲੇਜ ਦੇ ਨਾਲ ਜਿਹੜਾ ਹੈ ਮਿਡਲਸ ਔਰ ਪ੍ਰਾਇਮਰੀ এডਿਕੇਸ਼ਨ ਦੇ ਉੱਤੇ ਵੱਧ ਕੰਮ ਕੀਤਾ ਜਾਵੇ ਇਸ ਦੇ ਨਾਲ ਹੀ ਜੇਕਰ ਉਹਨਾਂ ਯੋਗੇਸ਼ ਦੀ ਪੜਾਈ ਦੀ ਗੱਲ ਕਰੀਏ ਯੋਗੇਸ਼ ਨੇ ਨੈਸ਼ਨਲ ਲਾਅ ਯੂਨੀਵਰਸਿਟੀ ਬੈਂਗਲੌਰ 2016 ਤੋਂ ਪਾਸ ਕੀਤੀ ਹੈ ਲਾਅ ਦੀ ਪੜਾਈ ਕੀਤੀ ਹੈ 2018 ਦੇ ਵਿੱਚ ਉਹਨਾਂ ਨੇ ਕਾਰਪੋਰੇਟ ਸੈਕਟਰ ਦੇ ਵਿੱਚ ਜੌਬ ਵੀ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਸੀ ਕਿ ਕਿਤੇ ਨਾ ਕਿਤੇ ਸਿਵਲਸ ਦੀ ਤਿਆਰੀ ਕੀਤੀ ਜਾਵੇ ਇਸ ਕਰਕੇ 2 2019 ਦੇ ਵਿੱਚ ਉਹਨਾਂ ਨੇ ਆਈਐਸ ਅਫਸਰ ਬਣਨ ਦਾ ਜੜਾ ਹੈ ਉਹ ਫੈਸਲਾ ਲਿਆ ਸੀ ਇਸ ਕਰਕੇ 2019 ਦੇ ਵਿੱਚ ਉਹਨਾਂ ਨੇ ਤਿਆਰੀ ਕੀਤੀ ਪਰਿਵਾਰ ਨੇ ਉਹਨਾਂ ਦਾ ਸਾਥ ਦਿੱਤਾ 2021 ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਯੂਪੀਐਸਸੀ ਟੈਸਟ ਨੂੰ ਕਲੀਅਰ ਕੀਤਾ ਸੀ ਉਸ ਵੇਲੇ ਉਹਨਾਂ ਦਾ 633ਵਾਂ ਰੈਂਕ ਆਇਆ ਸੀ ਉਸ ਵੇਲੇ ਪਰਿਵਾਰ ਖੁਸ਼ ਸੀ ਉਸ ਵੇਲੇ ਉਹਨਾਂ ਨੇ ਹਿਮਾਚਲ ਦੇ ਵਿੱਚ ਪੋਸਟਿੰਗ ਹੁੰਦੀ ਹੈ ਨੈਸ਼ਨਲ ਫੋਰੈਸਟ ਜਿਹੜਾ ਹੈ ਉਸ ਜਿਹੜਾ ਵਿਭਾਗ ਦੇ ਵਿੱਚ ਤੇ ਬਾਅਦ ਵਿੱਚ ਉਹਨਾਂ ਨੇ ਦੁਬਾਰਾ ਲਗਾਤਾਰ ਟੈਸਟ ਦਿੱਤੇ ਹੈ ਤੇ ਹੁਣ ਉਹ 55 ਰੈਂਕ ਆਇਆ ਹੈ ਉਹਨਾਂ ਦਾ 올 ਇੰਡੀਆ ਦੇ ਵਿੱਚ yog yogesh mool roop to haryana ਦੇ ਰਹਿਣ ਵਾਲੇ ਨੇ sonipat ਜ਼ਿਲ੍ਹਾ ਜਿਹੜਾ ਹੈ ਜ਼ਿਲ੍ਹੇ ਦੇ ਨਾਲ ਤਾਲੁਕਾਤ ਰੱਖਦੇ ਨੇ ਜਨਮ ਉਹਨਾਂ ਦਾ ਫਤਿਹਬਾਦ ਦੇ ਵਿੱਚ ਹੋਇਆ ਹੈ ਪਿਤਾ ਨਾਇਬ ਸੂਬੇਦਾਰ ਰਣਵੀਰ ਸਿੰਘ ਆਰਮੀ ਦੇ ਵਿੱਚ ਰਿਟਾਇਰ ਹੈ yogesh ਦੀ ਸਕੂਲਿੰਗ ਵਕ ਵਕ ਸੂਬੇਦਾਰ ਹੋਈ ਹੈ ਲੇਕਿਨ 12ਵੀਂ ਜਿਹੜੀ ਹੈ ਚੰਡੀ ਮੰਦਰ ਸਥਿਤ ਆਰਮੀ ਪਬਲਿਕ ਸਕੂਲ ਦੇ ਵਿੱਚ ਹੋਈ ਹੈ ਮਾਂ ਅੰਜੂ ਦੇਵੀ ਹੋਮ ਮੇਕਰ ਹੈ ਘਰ ਦੇ ਵਿੱਚ ਇੱਕ ਛੋਟੀ ਭੈਣ ਵੀ ਹੈ ਉੱਥੇ ਹੀ ਹੋਬੀਜ਼ ਦੀ ਗੱਲ ਕਰੀਏ ਕਈ ਪਾਸ਼ਾ ਮਾ ਉਹ ਜਾਣ ਸੁਣ ਤੇ ਸਮਝ ਲੈਂਦੇ ਨੇ ਉਤੇ ਯੋਗੇਸ਼ ਨਾ ਕਹਿਣਾ ਹੈ ਕਿ ਪਤਨੀ ਜਿਹੜੀ ਹੈ ਉਹਨਾਂ ਦੀ ਉਹ ਵੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ 2024 ਦੇ ਲਈ ਤੇ ਉਹ ਚਾਹੁੰਦੇ ਹੈ ਕਿ ਪਤਨੀ ਵੀ ਵਧੀਆ ਆਪਣੀ ਤਿਆਰੀ ਕਰਨ ਤੇ ਇਸ ਮੁਕਾਮ ਤੱਕ ਪਹੁੰਚਣ ਤਾਂ ਪਤੀ ਪਤਨੀ ਦੋਵੇਂ ਹੀ ਜਿਹੜੇ ਹੈ ਆਈਐਸ ਬਣਨ ਦਾ ਸੁਪਨਾ ਰੱਖਦੇ ਨੇ ਉੱਥੇ ਹੀ ਪਤਨੀ ਜਿਹੜੀ ਹੈ ਅਜੇ ਵੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਪਰ ਪਤੀ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਯੂਪੀਐਸਸੀ ਦੀ ਤਿਆਰੀ ਕੀਤੀ ਹੈ 2021 ਦੇ ਵਿੱਚ ਉਹਨਾਂ ਦਾ ਟੈਸਟ ਕਲੀਅਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ 633ਵਾਂ ਰੈਂਕ ਆਣ ਦੇ ਕਾਰਨ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਹਿਮਾਚਲ ਦੇ ਵਿੱਚ ਜੌਬ ਮਿਲਦੀ ਹੈ ਤੇ ਪਰ ਸੁਪਨਾ ਆਈਐਸ ਅਫਸਰ ਬਣਨ ਦਾ ਸੀ ਇਸ ਕਰਕੇ ਲਗਾਤਾਰ ਉਹਨਾਂ ਨੇ 6 ਅਟੈਂਪਟ ਦਿੱਤੇ ਨੇ ਪੰਜ ਅਟੈਂਪਟ ਜਿਹੜੇ ਨੇ ਉਹਨਾਂ ਦੇ ਆਈਐਸ ਬਣਨ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਪਾंदे 6ਵੇਂ ਅਟੈਂਪਟ ਜਿਹੜਾ ਸੀ ਉਹਨਾਂ ਨੇ ਉਸ ਅਟੈਂਪਟ ਦੇ ਵਿੱਚ ਆਪਣਾ ਐਗਜ਼ਾਮ ਦਿੱਤਾ ਤੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ ਮਾਪੇ ਅੱਜ ਬਹੁਤ ਜ਼ਿਆਦਾ ਖੁਸ਼ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇ ਫੋਕਸ ਰੱਖਿਆ ਜਾਵੇ ਤਾਂ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਪਾ ਸਕਦੇ ਹੋ ਤਾਂ ਇੱਕ ਸਟਰੈਟਜੀ ਦੇ ਨਾਲ ਹੀ ਆਈਐਸ ਅਫਸਰ ਬਣਦਾ ਹੈ ਜਦੋਂ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਉੱਤਰ ਦਿਓ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਉਹਨਾਂ ਤੋਂ ਸਵਾਲ ਜਵਾਬ ਕਰਦੇ ਹੋ ਉਹਨਾਂ ਦੀ ਜ਼ਰੂਰਤਾਂ ਪੁੱਛਦੇ ਹੋ ਉਹਨਾਂ ਦਾ ਕਹਿਣਾ ਤਦ ਹੀ ਇੱਕ ਵਧੀਆ ਅਫਸਰ ਬਣ ਸਕਦਾ ਹੈ 10 ਸਾਲਾਂ ਤੱਕ ਕੜੀ ਮਿਹਨਤ ਤੋਂ ਬਾਅਦ ਇੱਕ ਮੁਕਾਮ ਤੱਕ ਤੁਸੀਂ ਪਹੁੰਚ ਸਕਦੇ ਹੋ ਵਧੀਆ ਅਫਸਰ ਬਣਨ ਤੱਕ ਦੀ ਇਸ ਬਾਬਤ ਤੁਹਾਡੀ ਕੀ ਰਾਏ ਹੈ ਇਸ ਨੌਜਵਾਨ ਦੀ ਜਿਹੜੀ ਸਟੋਰੀ ਹੈ ਤੁਹਾਨੂੰ ਕਿੰਨੀ ਕ ਪ੍ਰੇਰਣਾ ਦਿੰਦੀ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਸ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ